ऑस्ट्रेलियाई ओलंपिक मुखी जॉन कर्टिस अते क्वींसलैंड दी प्रीमियर एनेस्टेशिया ने जानकारी सांझी करदे दस्सिया कि साडे लई बड़ी मान दी गल है कि 2032 दीआं ओलंपिक खेडां दी मेज़बानी वास्ते ब्रिस्बेन दा नाम चुनिया गया है। जॉन कर्टिस ने कहा कि ओलंपिक अते पैरा ओलंपिक खेडां नूं मुड़ तों ऑस्ट्रेलिया विच लियाउण दीआं कवायदां जारी ने अते 2032 दी वारी लई क्वींसलैंड दा नाम अंतरराष्ट्रीय ओलंपिक कमेटी वल्लों इक मीटिंग दौरान चुनिया गया है। इस तो पहला दस दिए कि इस तो पहला बुडापेस्ट इस्तानबुल अते दोहां देशां दे नाम भी 2032 दीआं मेज़बानी लई आए सन, परंतु कमेटी ने ब्रिस्बेन नूं महत्ता दित्ती है जो कि बड़ी ही माण वाली ते खुशी दी गल है। उन्होंने दस्सिया कि हुण ब्रिस्बेन वास्ते क्वींसलैंड सरकार नूं कुछ उपचारकतावां पूरियां करनियां पैणगियां अते जेकर इह काम जुलाई विचलियां टोक्यो ओलंपिक तों पहलां पहलां हो जावे तां फिर इस दी उपचारिक घोषणा भी कीती जावेगी। ਜ਼ਿਕਰਯੋਗ ਹੈ ਕਿ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਆਸਟ੍ਰੇਲੀਆ ਨੂੰ ਪਹਿਲਾਂ 1956 ਚ ਮਿਲੀ ਸੀ ਜਦੋਂ ਕਿ ਮੈਲਬਰਨ ਅੰਦਰ ਇਹ ਖੇਡਾਂ ਦਾ ਆਯੋਜਨ ਕੀਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ ਸਨ 2000 ਵਿੱਚ ਸਿਡਨੀ ਵਿਖੇ ਓਲੰਪਿਕ ਖੇਡਾਂ ਦਾ ਆਯੋਜਨ ਕੀਤਾ ਗਿਆ ਸੀ। ਉਕਤ ਖੇਡਾਂ ਵਾਸਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ 2.5 ਬਿਲੀਅਨ ਦਾ ਫੰਡ ਮੁਹੱਈਆ ਕਰਵਾਉਣ ਦਾ ਵਾਅਦਾ ਕਰਦੀ ਹੈ ਅਤੇ ਬਾਕੀ ਦਾ ਖਰਚਾ ਸਪਾਂਸਰਸ਼ਿਪਸ ਅਤੇ ਟਿਕਟਾਂ ਆਦਿ ਤੋਂ ਪੂਰਾ ਕੀਤਾ ਜਾਂਦਾ ਹੈ। ਕੁਇਨਜ਼ਲੈਂਡ ਵਿਚਲੇ ਤਕਰੀਬਨ 90% ਖੇਡਾਂ ਦੇ ਸਥਾਨ ਦਾ ਮਾਨਤਾਵਾਂ ਉੱਪਰ ਪੂਰਾ ਉਤਰਦੇ ਨੇ, ਪਰੰਤੂ 10% ਅਜਿਹੇ ਵੀ ਨੇ ਜਿਨ੍ਹਾਂ ਨੂੰ ਅਗਲੇ 11 ਸਾਲਾਂ ਦੌਰਾਨ ਦਰੁਸਤ ਕਰਕੇ ਓਲੰਪਿਕ ਖੇਡਾਂ ਦੇ ਲਾਇਕ ਬਣਾਇਆ ਜਾਵੇਗਾ। ਇਸ ਵਾਸਤੇ ਬ੍ਰਿਸਬਨ ਓਲੰਪਿਕ ਸਟੇਡੀਅਮ ਵਿੱਚ 50,000 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ, ਜਿਸ ਨੂੰ ਕਿ ਸਮਾਰੋਹਾਂ ਅਤੇ ਐਥਲੈਟਿਕਸ ਵਾਸਤੇ ਵਰਤਿਆ ਜਾਵੇਗਾ। ਬ੍ਰਿਸਬਨ ਇਨਡੋਰ ਸਪੋਰਟਸ ਸੈਂਟਰ ਜਿੱਥੇ ਕਿ 15,000 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ ਵਿਖੇ ਬਾਸਕਟਬਾਲ ਖੇਡੀ ਜਾਵੇਗੀ। ਬ੍ਰਿਸਬਨ ਐਰੀਨਾ 15,000 ਲੋਕਾਂ ਦੇ ਬੈਠਣ ਦੀ ਸਮਰੱਥਾ ਵਿਖੇ ਸਵਿਮਿੰਗ ਅਤੇ ਵਾਟਰ ਪੋਲੋ ਆਦਿ ਖੇਡਾਂ ਦੀ ਪ੍ਰਤੀਯੋਗਤਾਵਾਂ ਵੀ ਹੋਣਗੀਆਂ।